ਕਾਲਿਸਤਾਨ ਲੱਗਦਾ ਠੀਕ ਹੈ ਜੀ। ਆਹ ਦੇਖ ਲਓ 80 ਸਾਲ ਦੀ ਬੇਬੇ ਸੀ ਇਹ ਜਾ ਕੇ ਆਈ ਹੈ ਹੇਮਕੁੰਟ ਸਾਹਿਬ। ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ ਨੇ ਤੁਹਾਡੇ? ਆਪਣੇ ਯੂਟਿਊਬ ਚੈਨਲ ਗੋਪੀ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਮਿੱਤਰੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸ਼੍ਰੀ ਹੇਮਕੁੰਟ ਸਾਹਿਬ ਗਏ ਹੋਏ ਸੀ ਯਾਤਰਾ 'ਤੇ, ਅਤੇ ਅੱਜ ਆਪਾਂ ਚੱਲੇ ਹਾਂ ਵਾਪਸ ਕਰ ਲਈ ਵਾਪਸੀ ਅੱਜ ਗੋਬਿੰਦ ਧਾਮ ਤੋਂ ਵਾਪਸੀ ਕਰ ਗੋਬਿੰਦ ਘਾਟ ਤੋਂ, ਕਿਉਂਕਿ ਰਾਤ ਆਪਾਂ ਸ਼੍ਰੀ ਹੇਮਕੁੰਟ ਸਾਹਿਬ ਤੋਂ ਆ ਗਏ ਸੀ ਅਤੇ ਆਪਣਾ ਗਿਆ ਜੀ ਫੋਨ ਬੰਦ, ਤਾਂ ਕਰਕੇ ਆਪਾਂ ਨਾ ਵਲੌਗ ਬਣਾਇਆ ਨਹੀਂ ਗਾ। ਅਤੇ ਹੁਣ ਫੋਨ ਫਾਨ ਚਾਰਜ ਕਰਕੇ ਅਤੇ ਹੁਣ ਚੱਲਦੇ ਹਾਂ ਗੋਬਿੰਦ ਘਾਟ ਵੱਲ ਨੂੰ, ਅਤੇ ਉੱਥੇ ਚੱਲ ਕੇ ਮੋਟਰਾਂ ਚੱਕਦੇ ਹਾਂ, ਫਿਰ ਚੱਲਾਂਗੇ ਜਿੱਥੇ ਵੀ ਹਨੇਰਾ ਜਿਹਾ ਪਿਆ ਉੱਥੇ ਰੁਕਾਂਗੇ ਚੱਲ ਕੇ। ਹਾਂਜੀ ਹੇਮਕੁੰਟ ਸਾਹਿਬ ਤੋਂ ਆ ਗਏ, ਰਾਤ ਰੁਕ ਗਈ ਗੋਬਿੰਦ ਘਾਟ। ਦੇਖੋ ਦੇਖੋ ਫਿਰ ਮਿੱਤਰੋ ਦ੍ਰਿਸ਼ ਸਵੇਰ ਦਾ, 6 ਵੱਜ ਗਏ ਨੇ ਸਵੇਰ ਦੇ, ਅਤੇ ਅਸੀਂ ਉੱਪਰੋਂ ਆ ਰਹੇ ਹਾਂ ਗੋਬਿੰਦ ਧਾਮ ਤੋਂ ਗੋਬਿੰਦ ਘਾਟ 'ਤੇ ਚੱਲੇ ਹਾਂ। ਆਹ ਦੇਖ ਲਓ 80 ਸਾਲ ਦੀ ਬੇਬੇ ਸੀ ਇਹ ਜਾ ਕੇ ਆਈ ਹੈ ਹੇਮਕੁੰਟ ਸਾਹਿਬ। ਆਹ ਬਾਬਾ, ਆਹ ਬਾਬੇ ਦੀ 72 ਸਾਲ ਉਮਰ ਆ, ਸਾਰਿਆਂ ਨੇ ਉਮਰ 60-60 ਸਾਲ ਹੀ ਆ। ਤਾਂ ਦੇਖੋ ਤੁਸੀਂ 20-20 ਸਾਲਾਂ ਦੇ ਡਰੀ ਜਾਂਦੇ ਹੋ। ਆਹ ਹੈਗਾ ਮਿੱਤਰੋ ਪੁਰਾਣਾ ਰਾਹ, ਅਤੇ ਉਹ ਸਾਹਮਣੇ ਹੈਗਾ ਨਵਾਂ ਰਾਹ, ਆਹ ਪੁਲ ਨਵੇਂ ਰਾਹ 'ਤੇ ਨਵਾਂ ਬਣਿਆ ਪੁਲ। ਮਿੱਤਰੋ ਰੰਗ ਲਿਖਣ ਰੰਗ ਦਾ ਨਾਮ ਲਿਖਣ ਲੱਗਿਆ ਇੱਥੇ, ਜਿਹੜਾ ਨਵੇਂ ਪੁਲ ਤੋਂ ਆਉਂਦਾ ਰਾਸਤਾ ਇੱਥੇ ਲਿਖਦੇ ਬਾਬਾ ਰੁੰਮੀ। ਕੀ ਕਰਦੀ ਕੁੜੀ ਮਾੜੀ ਜੀ, ਦੁਬਾਰਾ ਡਬਲ ਕੋਟ ਬਾਬਾ ਰੁੰਮੀ ਅਤੇ ਗੋਪੀ ਉੱਪਲ ਕਰ ਲਿਓ ਮਿੱਤਰੋ ਚੈਨਲ ਸਬਸਕ੍ਰਾਈਬ ਆਪਣਾ ਗੋਪੀ ਉੱਪਲ। ਚੱਕੋ ਮਿੱਤਰੋ ਕਰਤਾ ਨਾਮ ਕੰਪਲੀਟ, ਲਿਖਤਾ 2024 ਰੰਗ ਦੀ ਸੇਵਾ ਕਰਤੀ, ਫਿਰ ਇੱਥੇ ਆਏ ਯਾਰ ਰੰਗ ਦੀ ਸੇਵਾ ਕਰਤੀ, ਫਿਰ ਮਗਰੋਂ ਲਿਆ ਸੀ ਨਾ ਤਾਂ ਕਰਕੇ। ਹਾਂ ਵੀ ਨਾਂ ਲਿਖਣਾ, ਆਹ ਮੁੰਡੇ ਦਾ ਨਾਂ ਵੀ ਲਿਖਣਾ ਵਾ ਨਾ। ਮਾਂ ਬੋਲੀ ਸਿੱਖੋ, ਮਾਂ ਬੋਲੀ ਖਾਲਿਸਤਾਨ ਜਿੰਦਾਬਾਦ ਜੀ। ਹਾਂ ਖਾਲਿਸਤਾਨ ਲੱਗਦਾ ਠੀਕ ਹੈ ਜੀ, ਠੀਕ ਹੈ ਭਾਈ ਖਾਲਿਸਤਾਨ ਲੱਗਦਾ। ਓਕੇ ਜੀ ਅਮਾ ਇੱਧਰ ਬਾਬਾ ਰੋਮੀ ਗੋਪੀ। ਹਾਂ ਮਿੱਤਰੋ ਨਵਾਂ ਪੁਲ ਦੇਖੋ, ਮੇਰਾ ਠੰਡ ਹੋ ਗਈ ਹੈ ਨਾ, ਰੌਕੇ ਕਰਕੇ ਹੋ ਗਈ। ਪਾਤੀ ਬਾਬੇ ਨੇ ਸਨੈਪਚੈਟ ਉਹਦੇ ਸਟ੍ਰੀਕ ਬਣਾਈ ਫਿਰਦਾ। ਆਹ ਥੱਲੇ ਨਦੀ ਪਹਿਲਾਂ ਪਾਓ, ਪੁਰਾਣੇ ਰਾਹ ਸੀ ਜਿਹੜਾ ਥੱਲੇ ਪੁਲ ਬਣਿਆ ਲੱਕੜ ਦਾ, ਹੁਣ ਆ ਗਿਆ ਆਪਾਂ ਨਵੇਂ ਰਾਹ। ਦੇਖੋ ਮਿੱਤਰੋ ਫਿਰ ਸਵੇਰ ਦਾ ਵਿਊ, ਸਨਰਾਈਜ਼ ਦਾ ਵਿਊ ਹੈ। ਇਹ ਜਦੋਂ ਨਵੇਂ ਪਾਤੇ ਨੂੰ ਆਉਂਦੇ ਹਾਂ, ਇਹ ਚਾਹ ਦਾ ਲੰਗਰ ਆਉਂਦਾ ਰਾਸਤੇ 'ਚ, ਚਾਹ ਦਾ ਮੈਡੀਕਲ ਦਾ ਅਤੇ ਮਸਾਜ ਦਾ, ਉੱਥੇ ਮਸ਼ੀਨਾਂ ਲੱਗੀਆਂ ਮਸਾਜ ਕਰਨ। ਧੰਨ ਆ ਬਾਬਾ ਧੰਨ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ। ਦੇਖ ਲਓ ਮੁੰਡਿਓ ਉੱਥੋਂ ਸਿੱਧੀਆਂ ਲੱਤਾਂ ਨਾਲ ਨਹੀਂ ਤਰੋਂ ਆਉਂਦਾ, ਮਾਲਕ ਦੀ ਕਿਰਪਾ ਚਾਹੀਦੀ ਹੈ, ਕੁਛ ਵੀ ਹੋ ਸਕਦਾ। ਹਾਂਜੀ ਮਿੱਤਰੋ ਫਾਈਨਲੀ ਪਹੁੰਚ ਹੀ ਗਏ ਫਿਰ ਹੈ ਨਾ,
ਗੋਬਿੰਦ ਧਾਮ ਤੇ, ਤਿੱਥੋਂ ਆ ਗੱਡੀ ਲਵਾਂਗੇ ਤੇ ਜਾਵਾਂਗੇ ਥੱਲੇ। ਉਤਰੇ ਵੀ ਵਧੀਆ ਤੇ ਚੜ ਵੀ ਵਧੀਆ ਗਏ, ਵਧੀਆ ਰਹੇ ਪੂਰੇ। ਆਪਾਂ ਨੂੰ ਬਾਈ ਮਿਲੇ ਸੀ ਬਠਿੰਡੇ ਤੋਂ, ਪਹਿਲਾਂ ਬਠਿੰਡੇ ਵਾਲੀਆਂ ਭੈਣਾਂ ਮਿਲ ਗਈਆਂ ਸੀਗੀਆਂ, ਹੁਣ ਬਠਿੰਡੇ ਵਾਲੇ ਭਰਾ ਮਿਲ ਗਏ। ਵਧੀਆ ਬਾਈ, ਉਹਨਾਂ ਦਾ ਸਫ਼ਰ ਗੱਲਾਂ ਬਾਤਾਂ ਕਰਦੇ ਕੱਢ ਲਿਆ। ਇੰਨਾ ਕੁ ਸਫ਼ਰ ਕਰਕੇ ਉਹ ਭੈਣਾਂ ਮਿਲੀਆਂ ਸੀ ਆਪਾਂ ਨੂੰ, ਮਿਲ ਗਿਆ ਇਹ ਬਾਈ ਮਿਲ ਗਏ। ਚਲੋ ਇੱਥੋਂ ਬਹਿੰਦੇ ਹਾਂ ਗੱਡੀ 'ਤੇ, ਚੱਲਦੇ ਹਾਂ ਗੋਬਿੰਦ ਘਾਟ ਵੱਲ ਨੂੰ, ਉੱਥੋਂ ਚੱਕਾਂਗੇ ਮੋਟਰਸਾਈਕਲ, ਚੱਲਾਂਗੇ ਫਿਰ ਪਿੰਡ ਵੱਲ ਨੂੰ। ਚਲੋ ਜੀ, ਲਾਲ ਸੋਮੋ 'ਚ ਬਹਿ ਗਏ। ਹਾਂਜੀ ਮਿੱਤਰੋ, ਪਹੁੰਚ ਗਏ ਸੀ ਗੁਰਦੁਆਰਾ ਗੋਬਿੰਦ ਘਾਟ ਅਤੇ ਹੁਣ ਛਕਦੇ ਹਾਂ ਪ੍ਰਸ਼ਾਦਾ। ਹਾਂਜੀ ਛਕ ਜੀ, ਪਿੰਨੀ ਪ੍ਰਸ਼ਾਦ ਲੈ ਲਿਆ, 20 ਰੁਪਇਆਂ ਦਾ ਇੱਕ ਪੈਕਟ ਆ ਨਾ। ਅਤੇ ਚਲੋ ਚੱਲਦੇ ਹਾਂ ਫਿਰ ਗੁਰੂ ਘਰ, ਲੰਗਰ ਛਕ ਲਿਆ ਸੀਗਾ, ਚਾਹ ਪਾਣੀ ਪੀ ਲਿਆ, ਤਾਂ ਚੱਲਦੇ ਹਾਂ ਪਿੰਡ ਵੱਲ ਨੂੰ। ਬੈਗ ਬੁੱਗ ਫਿੱਟ ਆਪਣੇ ਪੈਕ। ਹਾਂਜੀ ਆਹ ਖੜਾ ਮੋਟਰਸਾਈਕਲ ਆਪਣਾ, 3 ਹੋ ਗਏ ਇੱਥੇ ਖੜ੍ਹੇ ਨੂੰ, ਸਾਫ ਸੂਫ ਕਰਦੇ ਹਾਂ ਫਿਰ ਚੱਲਦੇ ਹਾਂ। ਹਾਂਜੀ ਮਿੱਤਰੋ, ਚੱਲ ਪਏ ਸੀ ਗੋਬਿੰਦ ਘਾਟ ਤੋਂ, ਉੱਧਰ ਥੱਲੇ ਰਹਿ ਗਏ ਹਾਂਜੀ, ਤੁਰ ਪਏ ਸੀਗੇ, ਮਿਲਦੇ ਹਾਂ ਫਿਰ ਦੇਖਦੇ ਕਿੱਥੇ ਰਹਿੰਦੇ ਹਾਂ ਚੱਲ ਕੇ। ਹਾਂਜੀ ਆ ਗਏ ਜੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੋਸ਼ੀ ਮੱਠ, ਇੱਥੇ ਰੋਜ਼ ਦਾ ਚਾਹ ਪਾਣੀ ਪੀਂਦੇ ਹਾਂ ਅਤੇ ਬਾਬਾ ਉੱਧਰ ਗਿਆ ਕੈਪਸੂਲ ਲੈਣ ਅਤੇ ਆਪਦੇ ਇੱਧਰ ਪਾਈਆਂ ਨੇ ਚਾਬੀ ਗੰਬ ਕੀ ਲਾਗ ਲੋਕ ਬਣਾਈ ਜਾਂਦੇ ਬਾਬਾ ਪਾੜ ਕੇ ਜਾਣ ਦਾ, ਇੱਕ ਤਾਂ ਫੇਲਾ ਹਾਂਜੀ ਮਿੱਤਰੋ, ਰਾਹ 'ਚ ਵੱਡੇ ਵੱਡੇ ਪੈ ਜਾਂਦੇ ਆ, ਚੱਕੇ ਪਾਸੇ ਕਰ ਦੇਈਦੇ ਆ ਵੀ ਕਿਸੇ ਦੇ ਬੱਚੇ ਨਾ ਨਾ, ਕਿਉਂਕਿ ਵੜ ਕੇ ਜਾਂਦਾ ਵਾ ਉਹਦੇ ਨਾਲ। ਉਹ ਦੇਖੋ ਮਿੱਤਰੋ, ਉੱਥੋਂ ਹੋ ਗਈ ਸੀ ਲੈਂਡ ਸਲਾਈਡਿੰਗ, ਇੱਥੋਂ ਫਿਰ ਗਿਆ ਮਿੱਟੀ, ਉਹ ਪਹਾੜ ਕੱਚਾ ਨਾ, ਉਹ ਉੱਥੋਂ ਖਿਸਕਦਾ ਵਾ ਸਾਰਾ। ਬਾਈ ਕਹਿੰਦਾ ਮੇਰਾ ਸੀਗਾ ਵਜਨ ਵੱਧ, ਤਾਂ ਕਰਕੇ ਨਾ ਮੈਨੂੰ ਖੜਾ ਇੱਧਰ।
ਦੇਖੋ ਮਿੱਤਰੋ ਮੰਦਰ ਥੱਲੇ ਹੈਗੇ ਆ, ਦਿਖਾਉਣਾ ਤੁਹਾਨੂੰ ਮੰਦਰ ਦਿਖਾਉਣੇ ਆ ਤੁਹਾਨੂੰ। ਓ ਦੇਖੋ ਥੱਲੇ ਲੋਕ ਕਰਦੇ ਬਾਈ ਸਾਈਕਲ ਤੇ ਆਇਆ। ਕਹਾਂ ਤੇ ਆਇਆ ਭਈਆ? ਜੀ ਉੜੀਸਾ। ਕਹਾਂ ਜਾ ਯਾਤਰਾ ਕਰਕੇ? ਜੀ ਆਲ ਇੰਡੀਆ ਸਾਈਕਲਿੰਗ ਕਰ ਰਹਾ ਹੂੰ। ਆਲ ਇੰਡੀਆ ਕਰ ਰਹੇ ਹੋ? ਅਬ ਕਹਾਂ ਸੇ ਆਏ? ਜੀ ਅਬ ਕਹਾਂ ਸੇ ਆਏ? ਮੈਂ ਰੁਕ ਜੇ ਪਿਆ ਕਿ ਆ ਗਏ। ਠੀਕ ਹੈ, ਅਬ ਕਹਾਂ ਜਾਓਗੇ? ਅਭੀ ਮੈਂ ਜਾ ਰਹਾ ਹੂੰ ਇਧਰ ਸੇ ਰਿਸ਼ੀਕੇਸ਼, ਰਿਸ਼ੀਕੇਸ਼ ਸੇ ਮੈਂ ਹਿਮਾਚਲ ਪ੍ਰਦੇਸ਼ ਜਾ ਰਹਾ ਹੂੰ। ਠੀਕ ਹੈ, ਆ ਚਾਰਜਰ ਕੇ ਲਈ ਲਗਾਇਆ? ਇਹ ਹਾਂ ਪਾਵਰ ਬੈਂਕ ਚਾਰਜਿੰਗ ਕੇ ਲਈ। ਜੀ ਵਧੀਆ, ਥੋੜਾ ਤਾਂ ਅੱਗੇ ਕਰ ਲਓ। ਇਹ ਸਾਈਕਲ, ਇਹ ਚੈਨਲ ਹੈ ਤੁਹਾਡਾ? ਸਬਸਕ੍ਰਾਈਬ ਕਰ ਲਓ, ਹੈ ਨਾ, ਫੋਲੋ ਕਰ ਲਓ। ਚੱਕਦੇ ਪਾ ਦੇ 560 ਦਾ ਪੈ ਗਿਆ ਮਿੱਤਰੋਂ। ਲੱਗ ਰਿਹਾ ਬਾਈ ਨੇ ਇਹਨੂੰ ਤਾਂ ਯਾਰ ਮਸਾ ਆਇਆ ਇਹਨੂੰ ਲੱਗ ਰਿਹਾ। ਹਾਂਜੀ ਮਿੱਤਰੋ, ਲੰਗਰ ਚੱਲਦਾ ਵਾ, ਜਦੋਂ ਰਿਸ਼ੀਕੇਸ਼ ਨੂੰ ਜਾਂਦੇ ਹਾਂ ਹੇਮਕੁੰਟ ਸਾਹਿਬ ਤੋਂ ਮੁੜਦੇ ਹੋਏ, ਤਾਂ ਉੱਧਰੋਂ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਤੋਂ ਜਾਂਦੇ ਨੂੰ ਜਾਂਦੇ, ਗੋਡੜੀਆਂ ਜਲੇਬੀਆਂ ਪਕੌੜੇ ਨਾਲ ਸੌਸ ਅੰਦਰ ਚੱਲਦਾ ਲੰਗਰ। ਆਹ ਦੇਖੋ ਸਾਹਮਣੇ ਪੂਰਾ ਮਾਹੌਲ ਓਕੇ ਆ। ਦੇਖੋ ਮਿੱਤਰੋ ਪਿੰਡ ਗੱਲਬਾਤ ਆ, ਦਵਾਈਆਂ ਦਾ ਲੰਗਰ, ਇੱਧਰ ਸਮਾਨ ਬਣੀ ਜਾਂਦਾ। ਹਾਂ ਬਾਬਾ, ਨੰਦ ਆ ਗਿਆ ਹੈ, ਨੰਦ ਆ ਗਿਆ ਨਾ ਲੰਗਰ ਖਾ ਕੇ। ਠੀਕ ਆ ਮਿੱਤਰੋ, ਅੱਗ ਲੱਗ ਗਈ ਉੱਪਰ, ਹੌਲੀ ਚਲਾਇਆ ਕਰੋ, ਇਹੋ ਜਿਹਾ ਕੁਛ ਬਣ ਜਾਂਦਾ ਦੇਖ ਲਓ। ਦੇਖੋ ਮਿੱਤਰ ਰਿਸ਼ੀਕੇਸ਼ ਪਾਲਦੇ ਨੇ ਯਾਰ ਇਹ ਫਿਰ। ਹਾਂਜੀ ਮਿੱਤਰ, ਇਹ ਰਿਸ਼ੀਕੇਸ਼ ਦਾ ਰਾਮ ਝੂਲਾ, ਦੇਖੋ ਗੰਗਾ ਨਦੀ